भाई तेरा की नाम है? मेरे नाम बेअंत है सर। नाम भी यह भाई बेअंत कौर है, यह गर्भवती है, पर यह साड़िया मामा जिहड़ियां यह जी हालत दे विच भी वह मेहनत करके खाना पसंद कर दिया ने, नाल इहदा बच्चा भी है बेचारी का। आओ आपां पुछदे हां, बेअंत कौर भाई सत श्री अकाल। सत श्री अकाल बेटा, तू इस हालत दे विच काम कर रहे हैं, की तेरी मजबूरी है? हाँ जी मैं मजबूरी है जी, बस एक वधिया तुरे फिरदे आ जी। हाँ जी, घर वाला तेरा भाई की काम करदा है? जो भी दिहाड़ी करदे जी मैं साडे ते, हुण ओदे मैं सुणे भी सट लगी है। हाँ जी, उहनां दा एक्सीडेंट हो गया सी, सट लगी है जी, एक दो दी आवाज़ आई ब्लॉक नाड़ा जी, तक ओदी सिर आई जी दिमाग वाली। हाँ जी, ओदी आवाज़ आउंदी नहीं भाई? आवाज़ आउंदी है जी, मतलब उल्ट के बोलदे आ जी आवाज़ तो जी। ਦਿਮਾਗੀ ਤੌਰ ਤੇ ਠੀਕ ਨਹੀਂ ਰਿਹਾ? ਹਾਂਜੀ। ਤੇ ਹੁਣ ਉਹ ਘਰ ਪਿਆ ਹੈ ਕਿ ਕੰਮ ਮਾੜਾ ਮੋਟਾ ਕਰਦਾ ਹੈ ਭਾਈ? ਮਾੜਾ ਮੋਟਾ ਜੀ, ਬਸ ਜਿਵੇਂ ਦਾਮ ਜਿਹਾ ਲੈ ਕੇ ਕਰ ਲੈਂਦੇ ਆ ਜੀ ਕੰਮ ਜੀ, ਬਸ ਇੱਕ ਮਜ਼ਬੂਰੀ ਅਗਲੇ ਨੂੰ ਮਾਰ ਜਾਂਦੀ, ਹੌਲੀ ਕਰੀ ਜਾਂਦੇ ਰਹਿੰਦੇ ਜਿੰਨਾ ਕੁ ਹੁੰਦਾ। ਉਹ ਪੁੱਤਰ ਤੇਰੇ ਕਏ ਬੱਚੇ ਹੈ? ਮੇਰੇ ਪਹਿਲਾਂ ਗੁੜੀਆ ਜੀ, ਫਿਰ ਮੁੰਡਾ ਜੀ। ਗੁੜੀਆ ਮੇਰੀ 3 ਸਾਲਾਂ ਦੀ ਹੈ ਜੀ, ਅਤੇ ਮੁੰਡਾ ਮੇਰਾ 2 ਸਾਲਾਂ ਦਾ ਜੀ। ਬੱਚੇ ਪੜ੍ਹਨ ਲਾਏ ਆ ਕੁਝ? ਨਹੀਂ ਜੀ, ਬੱਚੇ ਮੇਰੇ ਪੜ੍ਹਦੇ, ਕੁੜੀ ਪੜ੍ਹਦੀ ਹੈ ਜੀ, ਛੋਟੀ ਉਹ 3 ਸਾਲਾਂ ਦੀ ਹੈ ਜੀ। ਉਹਦੀ ਦਵਾਈ ਚੱਲ ਰਹੀ ਹੈ ਜੀ 2 ਸਾਲ ਦੀ, ਅਤੇ ਬਸ 15 ਦਿਨਾਂ ਤੋਂ ਲੈ ਆਉਣੇ, ਕਦੇ 2 ਮਹੀਨੇ ਤੋਂ ਲੈ ਆਉਣੇ ਜੀ। ਉਹਦੇ ਨਾਲ ਫਰਕ ਹੈ ਪੁੱਤਰ? ਹਾਂਜੀ ਉਹ ਫਰਕ ਆ ਜੀ, ਘੱਟੋ ਘੱਟ ਬਸ 1,000 ਰੁਪਏ ਦੀ ਆ ਜਾਂਦੀ, ਕਦੇ 1,500 ਦੀ ਜੀ ਆ ਜਾਂਦੀ। ਇੱਕ ਦੀ ਨੀਗਾ ਦੀ ਪ੍ਰੋਬਲਮ ਆ ਜੀ, ਬਸ ਨੀਗਾ ਦਾ ਕਰਕੇ ਵੀ। ਦੋਸਤੋ ਇਸ ਬੱਚੀ ਦੀ ਆਵਾਜ਼ ਸੁਣੋ, ਜੇ ਕੋਈ ਹੈ ਮੇਰੇ ਨਾਲ ਡਾਕਟਰ ਜੁੜਿਆ ਹੋਇਆ ਤਾਂ ਇਸ ਦਾ ਇਲਾਜ ਘਰ ਵਾਲੇ ਦਾ ਜ਼ਰੂਰ ਕਰੋ ਯਾਰ, ਜਾਂ ਕੋਈ ਸੰਸਥਾ ਕੋਈ ਵੀ ਹੋਵੇ, ਮੈਂ ਇਹਨਾਂ ਦਾ ਤੁਹਾਨੂੰ ਐਡਰੈਸ ਦੇਊਂਗਾ, ਫੋਨ ਨੰਬਰ ਦੇਊਂਗਾ, ਜਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਅਤੇ ਮੈਂ ਇਹਨਾਂ ਨਾਲ ਮਿਲਾ ਦੂੰਗਾ ਤੁਹਾਨੂੰ। ਇਹ ਪਿੰਡ ਢਲਮਾਂ ਦੇ ਵਿੱਚ ਹੈ ਕੁੜੀ, ਬੜਾ ਦੇਖ ਕੇ ਤਕਲੀਫ ਹੋਈ ਮਨ ਨੂੰ, ਦੋਸਤੋ ਖੜੋ ਯਾਰ ਇਹਦੇ ਨਾਲ ਕੋਈ ਨਾ ਕੋਈ। ਉਹ ਪੁੱਤਰ ਮੈਨੂੰ ਬੜਾ ਚੰਗਾ ਲੱਗਿਆ, ਤੂੰ ਆਪਣੇ ਜਿਹੜਾ ਇਹ ਇਸ ਅਵਸਥਾ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ, ਪਰ ਥੋੜ੍ਹਾ ਜਿਹਾ ਖਿਆਲ ਰੱਖਿਆ ਕਰ ਸਿਹਤ ਦਾ। ਠੀਕ ਹੈ ਸਰ। ਅਤੇ ਮੈਂ ਤੇਰੀ ਆਵਾਜ਼ ਜ਼ਰੂਰ ਉਠਾਈ ਹੈ ਵੀ ਜੇ ਕੋਈ ਦੋਸਤ ਮਿੱਤਰ ਮੇਰੇ ਨਾਲ ਹੈ ਤਾਂ ਯਾਰ ਕੋਈ ਜ਼ਰੂਰ ਬਾਂਹ ਫੜੋ, ਕਿਉਂਕਿ ਬੱਚੇ ਦੀ ਬੜੀ ਪ੍ਰੋਬਲਮ ਹੈ ਇਹਦੀ ਜੀ। ਕੰਮ ਧੋਂਦੇ ਸੀ ਹੱਥ ਨੇ ਜੀ ਮੋਟਰਸਾਈਕਲ ਤੋਂ, ਅਤੇ ਕੋਈ ਫੇਟ ਮਾਰ ਕੇ ਸਿੱਟ ਗਿਆ ਸੀ ਜੀ ਮੋਟਰਸਾਈਕਲ, ਰੇਹੜੀ ਸੀ ਜੀ, ਸਾਨੂੰ ਤਾਂ ਪਤਾ ਹੀ ਲੱਗਾ ਜੀ, 1 ਵਜੇ ਰਾਤ ਨੂੰ ਲਿਆਂਦਾ ਸੀ ਉਹਨੂੰ ਚੱਕ ਕੇ, ਸਿਆਲ ਦਾ ਸੀ ਮਹੀਨਾ ਉਦੋਂ। ਇਹ ਐਕਸੀਡੈਂਟ ਕਿੱਥੇ ਹੋਇਆ ਸੀ? ਇਹ ਐਕਸੀਡੈਂਟ ਜੀ ਮੈਨੂੰ ਤਾਂ ਪਤਾ ਨਹੀਂ, ਮੇਰੀ ਮੰਮੀ ਰੇਹੜੀ ਹੋਰੀ ਲਿਆਈ ਸੀ ਰਾਤ ਨੂੰ ਜੀ। ਹਾਂਜੀ ਹੁਣ ਤਾਂ ਲੈ ਗੰਗਾ ਹੀ ਹੋ ਗਿਆ ਸੀ ਜੀ। ਹਾਂਜੀ ਅਸੀਂ ਉੱਥੇ ਵੀ ਕਿਰਾਏ 'ਤੇ ਰਹਿੰਦੇ ਸੀ ਜੀ ਗੰਗਾ, ਫਿਰ ਭੱਠੇ ਦਾ ਕੰਮ ਕਰ ਰਹੇ ਸੀ ਜੀ ਅਸੀਂ ਉਦੋਂ। ਅਤੇ ਇੱਥੇ ਹੁਣ ਤੁਹਾਡਾ ਮਕਾਨ ਆਪਣਾ ਹੈ? ਇੱਥੇ ਮੈਂ ਆਪਣੀ ਮਾਸੀ ਸੱਸ ਕੋਲ ਆਈ ਹੋਈ ਹਾਂ ਜੀ। ਅੱਛਾ, ਮਾਸੀ ਸੱਸ ਕੋਲ ਆਈ ਹੈ ਤੂੰ? ਤੇਰਾ ਪਿੰਡ ਕਿਹੜਾ ਵੈਸੇ? ਮੇਰਾ ਪਿੰਡ ਦਾ ਬ੍ਰਹਮਣ ਦਵਾਨਾ ਜੀ, ਮੇਰੇ ਪੇਕੇ ਤਾਂ ਜੀ, ਅਤੇ ਸਹੁਰੇ ਮੇਰੇ ਆਹੀ ਹੈ ਜੀ, ਮਤਲਬ ਲਹਿਰ ਮੁਹੱਬਤ ਤੋਂ ਜੀ। ਹੁਣ ਤੂੰ ਨਰਮਾ ਚੁਗਣ ਕਾਰਨ ਆਈ ਵੀ ਇੱਥੇ? ਨਰਮਾ ਚੁਗਣ ਵੀ ਆਏ ਹੋਏ ਹਾਂ ਜੀ, ਇੱਕ ਆਏ ਜੀ ਚੱਲ ਮਾਸੀ ਸੱਸ ਕੋਲ ਮੈਨੂੰ ਕੇਸ ਦਾ ਆਪਦੇ ਦਾ ਸੌਖਾ ਹੋ ਜਾਂਦਾ ਹੈ ਜੀ, ਚੱਲ ਆਪਦਾ ਕੰਮ ਵਧੀਆ ਕਰੀ ਜਾਂਦੇ ਹਾਂ ਜੀ ਰਲ ਮਿਲ ਕੇ ਜੀ। ਬਾਕੀ ਤੈਨੂੰ ਇਸ ਅਵਸਥਾ ਦੇ ਵਿੱਚ ਲੋੜ ਵੀ ਹੈ ਇੱਕ? ਹਾਂਜੀ ਇਹ ਤਾਂ ਹੈ ਜੀ, ਲੋੜ ਵੀ ਹੈ ਸਿਆਣੇ ਬਜ਼ੁਰਗ ਦੀ। ਹਾਂਜੀ ਪੁੱਤਰ ਤੇਰਾ ਨਾਮ ਬੋਲ, ਪਹਿਲਾਂ ਦੁਬਾਰੇ ਫੇਰ ਪੁੱਛਦਾ ਮੈਂ। ਨਾਮ ਮੇਰਾ ਬੇਅੰਤ ਆ ਸਰ। ਪਿੰਡ ਤੇਰਾ? ਲਹਿਰਾ ਮੁਹੱਬਤ ਆ ਜੀ ਪਿੰਡ ਮੇਰਾ। ਤੇਰੇ ਘਰ ਵਾਲੇ ਦਾ ਨਾਮ? ਗੁਰਪ੍ਰੀਤ ਜੀ। ਤੇਰਾ ਫੋਨ ਨੰਬਰ ਬੋਲ, ਜੇ ਕੋਈ ਮਿੱਤਰ ਮਿਲੇ ਜਾਂ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਹੈ। ਫੋਨ ਨੰਬਰ ਜੀ ਅਸੀਂ ਤਾਂ ਜਮਾ ਹੀ ਅਨਪੜ੍ਹ ਆ ਜੀ, ਮੇਰੇ ਲਾ ਘਰ ਵਾਲੇ ਦਾ ਤੇਰੇ ਦਾ ਪੁੱਤਰ? ਹਾਂਜੀ ਮੇਰੇ ਉਹਦੇ ਕੋਲ ਤਾਂ ਪਰ ਹੋਣਾ ਹੀ ਕੀ ਹੈ ਜਦੋਂ? ਫੋਨ ਹੈ ਹੀ ਨਹੀਂ ਜੀ ਫੋਨ ਤਾਂ ਸਾਡੇ ਕੋਲ। ਚੱਲ ਕੋਈ ਨਹੀਂ, ਮੈਂ ਬਈ ਦੋਸਤੋ ਮੇਰੇ ਨਾਲ ਜੋ ਵੀ ਜੁੜੇ ਆ ਉਹ ਕੰਟੈਕਟ ਮੇਰੇ ਨਾਲ ਕਰ ਸਕਦੇ ਆ। ਇਹ ਪਿੰਡ ਢਿਲਮਾਂ ਆਈ ਵੀ ਹੈ ਕੁੜੀ ਆਪਦੀ ਮਾਸੀ ਸੱਸ ਕੋਲ, ਇੱਥੇ ਆ ਕੇ ਵਿਚਾਰੀ ਆਪਣਾ ਟਾਈਮ ਪਾਸ ਕਰਦੀ ਹੈ। ਜ਼ਰੂਰ ਸੁਣਿਓ ਮੇਰਾ ਦੋਸਤੋ, ਧੰਨਵਾਦ ਸਾਹਿਬ ਦਾ। ਭਾਈ ਤੇਰਾ ਕੀ ਨਾਮ ਹੈ? ਮੇਰੇ ਨਾਮ ਬੇਅੰਤ ਹੈ ਸਰ। ਨਾਮ ਵੀ ਇਹ ਭਾਈ ਬੇਅੰਤ ਕੌਰ ਹੈ, ਇਹ ਗਰਭਵਤੀ ਹੈ, ਪਰ ਇਹੋ ਜਿਹੀਆਂ ਸਾਡੀਆਂ ਮਾਮਾ ਜਿਹੜੀਆਂ ਇਹੋ ਜਿਹੀ ਹਾਲਤ ਦੇ ਵਿੱਚ ਵੀ ਉਹ ਮਿਹਨਤ ਕਰਕੇ ਖਾਣਾ ਪਸੰਦ ਕਰਦੀਆਂ ਨੇ, ਨਾਲ ਇਹਦਾ ਬੱਚਾ ਵੀ ਹੈ ਵਿਚਾਰੀ ਦਾ। ਆਓ ਆਪਾਂ ਪੁੱਛਦੇ ਹਾਂ, ਬੇਅੰਤ ਕੌਰ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟਾ, ਤੂੰ ਇਸ ਹਾਲਤ ਦੇ ਵਿੱਚ ਕੰਮ ਕਰ ਰਿਹਾ ਹੈ, ਕੀ ਤੇਰੀ ਮਜਬੂਰੀ ਹੈ? ਹਾਂਜੀ ਮੇਰੀ ਮਜਬੂਰੀ ਹੈ ਜੀ, ਬਸ ਇੱਕ ਐਂ ਵਧੀਆ ਤੁਰੇ ਫਿਰਦੇ ਆ ਜੀ। ਹਾਂਜੀ ਘਰ ਵਾਲਾ ਤੇਰਾ ਭਾਈ ਕੀ ਕੰਮ ਕਰਦਾ ਹੈ?
ਜੋ ਵੀ ਦਿਹਾੜੀ ਕਰਦੇ ਜੀ ਮੈਂ ਸਾਡੇ ਤੇ ਹੁਣ ਉਹਦੇ ਮੈਂ ਸੁਣਿਆ ਵੀ ਸੱਟ ਲੱਗੀ ਹੈ ਹਾਂਜੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਸੱਟ ਲੱਗੀ ਹੈ ਜੀ ਇੱਕ ਦੋ ਦੀ ਆਵਾਜ਼ ਆ ਜੀ ਬਲੌਕ ਨਾੜਾ ਜੀ ਤੇ ਉਹਦੀ ਸਿਰ ਆ ਗਈ ਜੀ ਦਿਮਾਗ ਵਾਲੀ ਹਾਂਜੀ ਉਹਦੀ ਆਵਾਜ਼ ਆਉਂਦੀ ਨਹੀਂ ਭਾਈ ਆਵਾਜ਼ ਆਉਂਦੀ ਹੈ ਜੀ ਮਤਲਬ ਉਲਟ ਕੇ ਬੋਲਦੇ ਆ ਜੀ ਆਵਾਜ਼ ਤੋਂ ਜੀ ਦਿਮਾਗੀ ਤੌਰ ਤੇ ਠੀਕ ਨਹੀਂ ਰਿਹਾ ਹਾਂਜੀ ਤੇ ਹੁਣ ਉਹ ਘਰ ਪਿਆ ਹੈ ਕਿ ਕੰਮ ਮਾੜਾ ਮੋਟਾ ਕਰਦਾ ਹੈ ਭਾਈ ਮਾੜਾ ਮੋਟਾ ਜੀ ਬਸ ਜਿਵੇਂ ਦਾਮ ਜਿਹਾ ਲੈ ਕੇ ਕਰ ਲੈਂਦੇ ਆ ਜੀ ਕੰਮ ਜੀ ਬਸ ਇੱਕ ਮਜ਼ਬੂਰੀ ਅਗਲੇ ਨੂੰ ਮਾਰ ਜਾਂਦੇ ਹੌਲੀ ਕਰੀ ਜਾਂਦੇ ਰਹਿੰਦੇ ਜਿੰਨਾ ਕੁ ਹੁੰਦਾ ਉਹ ਪੁੱਤਰ ਤੇਰੇ ਕਏ ਬੱਚੇ ਹੈ ਮੇਰੇ ਪਹਿਲਾਂ ਗੁੜੀਆ ਜੀ ਫਿਰ ਮੁੰਡਾ ਜੀ ਗੁੜੀਆ ਮੇਰੀ 3 ਸਾਲਾਂ ਦੀ ਹੈ ਜੀ ਤੇ ਮੁੰਡਾ ਮੇਰੇ 2 ਸਾਲਾਂ ਦਾ ਜੀ ਬੱਚੇ ਪੜ੍ਹਨ ਲਾਏ ਹੈ ਕੁਝ ਨਹੀਂ ਜੀ ਬੱਚੇ ਮੇਰੇ ਪੜ੍ਹਦੇ ਕੁੜੀ ਪੜ੍ਹਦੀ ਹੈ ਜੀ ਛੋਟੀ ਉਹ 3 ਸਾਲਾਂ ਦੀ ਹੈ ਜੀ ਦੋ ਦੀ ਦਵਾਈ ਚੱਲ ਰਹੀ ਹੈ ਜੀ 2 ਸਾਲ ਦੀ ਤੇ ਬਸ 15 ਦਿਨਾਂ ਤੋਂ ਲੈ ਆਉਣੇ ਕਦੇ 2 ਮਹੀਨੇ ਤੋਂ ਲੈ ਆਉਣੇ ਜੀ ਉਹਦੇ ਨਾਲ ਫਰਕ ਹੈ ਪੁੱਤਰ ਹਾਂਜੀ ਉਹ ਫਰਕ ਆ ਜੀ ਘੱਟੋ ਘੱਟ ਬਸ 1000 ਰੁਪਏ ਦੀ ਆ ਜਾਂਦੀ ਕਦੇ 1500 ਦੀ ਜੀ ਆ ਜਾਂਦੀ ਇੱਕ ਦੀ ਨੀਗਾ ਦੀ ਪ੍ਰੋਬਲਮ ਆ ਜੀ ਬਸ ਨੀਗਾ ਦਾ ਕਰਕੇ ਵੀ ਦੋਸਤੋ ਇਸ ਬੱਚੀ ਦੀ ਆਵਾਜ਼ ਸੁਣੋ ਜੇ ਕੋਈ ਹੈ ਮੇਰੇ ਨਾਲ ਡਾਕਟਰ ਜੁੜਿਆ ਹੋਇਆ ਤਾਂ ਇਸ ਦਾ ਇਲਾਜ ਘਰ ਵਾਲੇ ਦਾ ਜ਼ਰੂਰ ਕਰੋ ਯਾਰ ਜਾਂ ਕੋਈ ਸੰਸਥਾ ਕੋਈ ਵੀ ਹੋਵੇ ਮੈਂ ਇਹਨਾਂ ਦਾ ਤੁਹਾਨੂੰ ਐਡਰੈਸ ਦੇਵਾਂਗਾ ਫੋਨ ਨੰਬਰ ਦੇਵਾਂਗਾ ਜਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਅਤੇ ਮੈਂ ਇਹਨਾਂ ਨਾਲ ਮਿਲਾ ਦੂੰਗਾ ਤੁਹਾਨੂੰ ਇਹ ਪਿੰਡ ਢਲਮਾਂ ਦੇ ਵਿੱਚ ਹੈ ਕੁੜੀ ਬੜਾ ਦੇਖ ਕੇ ਤਕਲੀਫ ਹੋਈ ਮਨ ਨੂੰ ਦੋਸਤੋ ਖੜੋ ਯਾਰ ਇਹਦੇ ਨਾਲ ਕੋਈ ਨਾ ਕੋਈ ਉਹ ਪੁੱਤਰ ਮੈਨੂੰ ਬੜਾ ਚੰਗਾ ਲੱਗਿਆ ਤੂੰ ਆਪਣੇ ਜਿਹੜਾ ਇਹ ਇਸ ਅਵਸਥਾ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਥੋੜ੍ਹਾ ਜਿਹਾ ਖਿਆਲ ਰੱਖਿਆ ਕਰ ਸਿਹਤ ਦਾ ਠੀਕ ਹੈ ਸਰ ਅਤੇ ਮੈਂ ਤੇਰੀ ਆਵਾਜ਼ ਜ਼ਰੂਰ ਉਠਾਈ ਹੈ ਵੀ ਜੇ ਕੋਈ ਦੋਸਤ ਮਿੱਤਰ ਮੇਰੇ ਨਾਲ ਹੈ ਤਾਂ ਯਾਰ ਕੋਈ ਜ਼ਰੂਰ ਬਾਂਹ ਫੜੋ ਕਿਉਂਕਿ ਬੱਚੇ ਦੀ ਬੜੀ ਪ੍ਰੋਬਲਮ ਹੈ ਇਹਦੀ ਜੀ ਕੰਮ ਧੋਂਦੇ ਸੀ ਹੱਥ ਨੇ ਜੀ ਮੋਟਰਸਾਈਕਲ ਤੋਂ ਅਤੇ ਕੋਈ ਫੇਟ ਮਾਰ ਕੇ ਸਿੱਟ ਗਿਆ ਸੀ ਜੀ ਮੋਟਰਸਾਈਕਲ ਰੇਹੜੀ ਸੀ ਜੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਜੀ 1 ਵਜੇ ਰਾਤ ਨੂੰ ਲਿਆਂਦਾ ਸੀ ਉਹਨੂੰ ਚੱਕ ਕੇ ਸਿਆਲ ਦਾ ਸੀ ਜੀ ਮਹੀਨਾ ਉਦੋਂ ਇਹ ਐਕਸੀਡੈਂਟ ਕਿੱਥੇ ਹੋਇਆ ਸੀ ਇਹ ਐਕਸੀਡੈਂਟ ਜੀ ਮੈਨੂੰ ਤਾਂ ਪਤਾ ਨਹੀਂ ਮੇਰੀ ਮੰਮੀ ਰੇਹੜੀ ਹੋਰੀ ਲਿਆਈ ਸੀ ਰਾਤ ਨੂੰ ਜੀ ਹਾਂਜੀ ਹੁਣ ਤਾਂ ਲੈ ਗੰਗਾ ਹੀ ਹੋ ਗਿਆ ਸੀ ਜੀ ਹਾਂਜੀ ਅਸੀਂ ਉੱਥੇ ਵੀ ਕਿਰਾਏ 'ਤੇ ਰਹਿੰਦੇ ਸੀ ਜੀ ਗੰਗਾ ਫਿਰ ਭੱਠੇ ਦਾ ਕੰਮ ਕਰ ਰਹੇ ਸੀ ਜੀ ਅਸੀਂ ਉਦੋਂ ਅਤੇ ਇੱਥੇ ਹੁਣ ਤੁਹਾਡਾ ਮਕਾਨ ਆਪਣਾ ਹੈ ਇੱਥੇ ਮੈਂ ਆਪਣੀ ਮਾਸੀ ਸੱਸ ਕੋਲ ਆਈ ਹੋਈ ਹਾਂ ਜੀ ਅੱਛਾ ਮਾਸੀ ਸੱਸ ਕੋਲ ਆਈ ਹੈ ਤੂੰ ਤੇਰਾ ਪਿੰਡ ਕਿਹੜਾ ਵੈਸੇ ਮੇਰਾ ਪਿੰਡ ਦਾ ਬੈਮਣ ਦਵਾਨਾ ਜੀ ਮੇਰੇ ਪੇਕੇ ਤਾਂ ਜੀ ਅਤੇ ਸਹੁਰੇ ਮੇਰੇ ਆਹੀ ਹੈ ਜੀ ਮਤਲਬ ਲਹਿਰ ਮੁਹੱਬਤ ਤੋਂ ਜੀ ਹੁਣ ਤੂੰ ਨਰਮਾ ਚੁਗਣ ਕਾਰਨ ਆਈ ਵੀ ਇੱਥੇ ਨਰਮਾ ਚੁਗਣ ਵੀ ਆਏ ਹੋਏ ਹਾਂ ਜੀ ਇੱਕ ਆਏ ਜੀ ਚੱਲ ਮਾਸੀ ਸੱਸ ਕੋਲ ਮੈਨੂੰ ਕੇਸ ਦਾ ਆਪਦੇ ਦਾ ਸੌਖਾ ਹੋ ਜਾਂਦਾ ਹੈ ਜੀ ਚੱਲ ਆਪਦਾ ਕੰਮ ਵਧੀਆ ਕਰੀ ਜਾਂਦੇ ਹਾਂ ਜੀ ਰਲ ਮਿਲ ਕੇ ਜੀ ਬਾਕੀ ਤੈਨੂੰ ਇਸ ਅਵਸਥਾ ਦੇ ਵਿੱਚ ਲੋੜ ਵੀ ਹੈ ਇੱਕ ਹਾਂਜੀ ਇਹ ਤਾਂ ਹੈ ਜੀ ਲੋੜ ਵੀ ਹੈ ਸਿਆਣੇ ਬਜ਼ੁਰਗ ਦੀ ਹਾਂਜੀ ਪੁੱਤਰ ਤੇਰਾ ਨਾਮ ਬੋਲ ਪਹਿਲਾਂ ਦੁਬਾਰੇ ਫੇਰ ਪੁੱਛਦਾ ਮੈਂ ਨਾਮ ਮੇਰਾ ਬੇਅੰਤ ਆ ਸਰ ਪਿੰਡ ਤੇਰਾ ਲਹਿਰਾ ਮੁਹੱਬਤ ਆ ਜੀ ਪਿੰਡ ਮੇਰਾ ਤੇਰੇ ਘਰ ਵਾਲੇ ਦਾ ਨਾਮ ਗੁਰਪ੍ਰੀਤ ਜੀ ਤੇਰਾ ਫੋਨ ਨੰਬਰ ਬੋਲ ਜੇ ਕੋਈ ਮਿੱਤਰ ਮਿਲੇ ਜਾਂ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਹੈ ਫੋਨ ਨੰਬਰ ਜੀ ਅਸੀਂ ਤਾਂ ਜਮਾ ਹੀ ਅਨਪੜ੍ਹ ਆ ਜੀ ਮੇਰੇ ਲਾ ਘਰ ਵਾਲੇ ਦਾ ਤੇਰੇ ਦਾ ਪੁੱਤਰ ਹਾਂਜੀ ਮੇਰੇ ਉਹਦੇ ਕੋਲ ਤਾਂ ਪਰ ਹੋਣਾ ਹੀ ਕੀ ਹੈ ਜਦੋਂ ਫੋਨ ਹੈ ਹੀ ਨਹੀਂ ਜੀ ਫੋਨ ਤਾਂ ਸਾਡੇ ਕੋਲ ਚੱਲ ਕੋਈ ਨਹੀਂ ਮੈਂ ਬਈ ਦੋਸਤੋ ਮੇਰੇ ਨਾਲ ਜੋ ਵੀ ਜੁੜੇ ਆ ਉਹ ਕੰਟੈਕਟ ਮੇਰੇ ਨਾਲ ਕਰ ਸਕਦੇ ਆ ਇਹ ਪਿੰਡ ਢਿਲਮਾਂ ਆਈ ਵੀ ਹੈ ਕੁੜੀ ਆਪਦੀ ਮਾਸੀ ਸੱਸ ਕੋਲੇ ਇੱਥੇ ਆ ਕੇ ਵਿਚਾਰੀ ਆਪਣਾ ਟਾਈਮ ਪਾਸ ਕਰਦੀ ਹੈ ਜ਼ਰੂਰ ਸੁਣਿਓ ਮੇਰਾ ਦੋਸਤੋ ਧੰਨਵਾਦ ਸਾਹਿਬ ਦਾ